ਵਾਹਿਗੁਰੂ ਜੀ ਮੈਂ ਰਮਨਦੀਪ ਸਿੰਘ ਖੇਤੀ ਖਬਰ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਜੀ ਅੱਜ ਦੀ ਵੀਡੀਓ ਬਹੁਤ ਐਮ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਲਿਕਵਰਡ ਯੂਰੀਆ ਲਿਕਵਰਡ ਡੀਏਪ ਅੱਜ ਕੱਲ ਸੋਸਾਇਟੀਆਂ ਵਿੱਚ ਦਿੱਤੇ ਜਾ ਰਹੇ ਕਿਸਾਨਾਂ ਨੂੰ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਕਿਉਂਕਿ ਇਹ ਸਾਰੀਆਂ ਸੋਸਾਇਟੀਆਂ ਵਿੱਚ ਆਏ ਨੇ ਤੇ ਇਹ ਕਿਸਾਨਾਂ ਨੂੰ 5-6 ਗਟਿਆਂ ਦੇ ਲੈਣ ਦੇ ਬਾਤ ਤੁਹਾਨੂੰ ਇੱਕੇ ਹੀ ਮਿਲਦਾ ਜੇਕਰ ਤੁਸੀਂ 5 ਗੱਟੇ ਜਾਂ 6 ਗੱਟੇ ਡੀਏਪੀ ਦੇ ਲੈ ਰਹੇ ਹੋ ਅਲੱਗ-ਅਲੱਗ ਹਨਾ ਚੱਲਦਾ ਉਸ ਤੋਂ ਬਾਅਦ ਤੁਹਾਨੂੰ ਇੱਕੇ ਹੀ ਲੈਣਾ ਪੈਂਦਾ ਫੇਰ ਹੀ ਤੁਹਾਨੂੰ ਡੀਏਪੀ ਮਿਲਦੀ ਹੈ ਯਾਨੀ ਕਿ ਯੂਰੀਆ ਨਾਲ ਵੀ ਇਦਾਂ ਹੀ ਹੈ ਨੈਨੋ ਯੂਰੀਆ ਲੈਣੀ ਪੈਂਦੀ ਹੈ ਡੀਏਪੀ ਨਾਲ ਲਿਕਵਿਡ ਯੂਰੀਅਲ ਆ ਡੀਏਪੀ ਲੈਣੀ ਪੈਂਦੀ ਹੈ ਪਰ ਹਰ ਇੱਕ ਚੀਜ਼ ਜਿਹੜੀ ਅਲੱਗ-ਅਲੱਗ ਪਰਪਸ ਖਾਤਰ ਬਣੀ ਹੁੰਦੀ ਹੈ ਦਾਣੇਦਾਰ ਅਲੱਗ ਪਰਪਸ ਖਾਤਰ ਹੁੰਦੀ ਹੈ ਲਿਕਵਿਡ ਅਲੱਗ ਪਰਪਸ ਖਾਤਰ ਹੁੰਦੀ ਹੈ ਨਵੀਂ-ਨਵੀਂ ਟੈਕਨੋਲੋਜੀ ਅਸੀਂ ਕਹਿੰਦੇ ਆਂ ਵੀ ਮਾੜੀ ਨਹੀਂ ਬੈਟਰ ਹੈ ਪਰ ਉਹ ਅਡਾਪਟ ਅਡਾ ਮਤਲਬ ਕਿ ਕਿਸਾਨ ਉਹਨੂੰ ਵਰਤਣਾ ਚਾਹੁੰਦਾ ਕਿ ਨਹੀਂ ਵਰਤਣਾ ਚਾਹੁੰਦਾ ਉਹਦੇ ਆਪ ਤੇ ਨਿਰਭਰ ਹੁੰਦਾ ਹੈ ਨਾ ਕਿ ਤੁਸੀਂ ਫੇਰ ਡੀਏਪੀ ਮਿਲੂਗੀ ਤੁਹਾਨੂੰ ਜੇ ਤੁਸੀਂ ਇਹ ਲਓਗੇ ਇਹ ਹੁੰਦਾ ਥੋਪਣਾ ਵੀ ਕਿਸਾਨਾਂ ਉੱਪਰ ਇਹ ਚੀਜ਼ ਥੋਪੀ ਜਾ ਰਹੀ ਹੈ ਪਰ ਇਹਦਾ ਰਿਜ਼ਲਟ ਕਿਸਾਨ ਦੇਖਣਗੇ ਉਹਨਾਂ ਨੂੰ ਚੰਗਾ ਲੱਗਿਆ ਉਹ ਭਾਜ-ਭਾਜ ਆਪ ਲੈਣਗੇ ਲਾਈਨਾਂ ਲਾ ਲਾ ਲੈਣਗੇ ਜਿਵੇਂ 826 ਦੇ ਬੀਜ ਨਾਲ ਹੋਈ ਹੈ ਹਨਾ ਵੀ ਰਿਜ਼ਲਟ ਜੇ ਪਹਿਲਾਂ ਦੇਖਿਆ ਜਾਂਦਾ ਹੈ ਉਹਦੇ ਨਤੀਜੇ ਸਾਹਮਣੇ ਆਉਂਦੇ ਆ ਉਸ ਤੋਂ ਬਾਅਦ ਉਹ ਚੀਜ਼ ਫਿਰ ਆਪੇ ਪਪੂਲਰ ਹੋ ਜਾਂਦੀ ਹੈ ਕਿਸਾਨਾਂ ਵਿੱਚ ਜੇਕਰ ਕੋਈ ਚੀਜ਼ ਉਹਦੇ ਤੇ ਥੋਪੀ ਜਾਵੇ ਬੀਆਰੇ ਲੈਣੇ ਲੈਣਾ ਉਹ ਚੀਜ਼ ਗਲਤ ਹੈ ਹੁਣ ਤੁਹਾਨੂੰ ਮੈਂ ਦੱਸ ਦਿਆਂ ਆਪਾਂ ਕੋਈ ਇਹ ਚੀਜ਼ ਚੰਗੀ ਹੈ ਮਾੜੀ ਇਹਦੇ ਬਾਰੇ ਨਹੀਂ ਗੱਲ ਕਰਨੀ ਪਰ ਇੱਕ ਤਾਂ ਤੁਹਾਨੂੰ ਦੱਸਣਾ ਕਿ ਤੁਹਾਡੇ ਸੁਸਾਇਟੀਆਂ ਵਿੱਚ ਵੀ ਇਦਾਂ ਹੀ ਹੋ ਰਿਹਾ ਹੈ ਕਿਉਂਕਿ ਹੁਣ ਸਰਕਾਰਾਂ ਨੇ ਕੀ ਕਿਹਾ ਕਿ 15% ਬਾਹਰਲੇ ਡੀਲਰਾਂ ਨੂੰ ਦਿੱਤਾ ਹੈ ਡੀਲਰਸ਼ਿਪ ਜਾਨੀ ਕਿ ਯੂਰੀਆ ਤੇ ਡੀਏਪੀ ਸੇਲ ਕਰਨ ਦੀ ਪਰ 85% ਇਹੇ ਦਿੱਤੀ ਗਿਆ ਸੁਸਾਇਟੀਆਂ ਨੂੰ ਜਿਨ੍ਹਾਂ ਕੋਲ ਸੁਸਾਇਟੀਆਂ ਦੀਆਂ ਕਾਪੀਆਂ ਹੈ ਨਹੀਂ ਉਹਨਾਂ ਨੂੰ ਤਾਂ ਵੈਸੇ ਵੀ ਡੀਏਪੀ ਨਹੀਂ ਮਿਲਣੀ ਬਲੈਕ ਹੋ ਰਹੀ ਹੈ ਨਾ ਲੋਕ ਡੀਏਪੀ ਲੈ ਲੈ ਕੇ ਉਹਨੂੰ ਮਹਿੰਗੀਆਂ 2-2000 ਦੀਆਂ ਬੋਰੀਆਂ ਵੀ ਵੇਚੀ ਗਏ ਨੇ ਪਿਛਲੇ ਸਾਲ ਵੀ ਇਹੀ ਹੋਇਆ ਐਤਕੀ ਵੀ ਇਹੀ ਹੋਣਾ ਹਰ ਸਾਲ ਆਪਾਂ ਹੀ ਹੋਣਾ ਆਪਾਂ ਜਿਹੜੀਆਂ ਜ਼ਮੀਨਾਂ ਨੇ ਨਸ਼ੇ ਦੇ ਉੱਤੇ ਲਾ ਲੀਆਂ ਨੇ ਆਪਾਂ ਜਿੰਨਾ ਚਿਰ ਉਹਨੂੰ ਡੀਏਪੀ ਦਿੰਦੇ ਨਹੀਂ ਉਹ ਹੁੰਦੀ ਨਹੀਂ ਠੀਕ ਹੈ ਇਹ ਹਰੀ ਕ੍ਰਾਂਤੀ ਦੇ ਨਾਂ ਦੇ ਉੱਪਰ ਜਿਹੜਾ ਕਿਸਾਨਾਂ ਨਾਲ ਧੱਕਾ ਕੀਤਾ ਗਿਆ ਉਹ ਉਸੇ ਤਰ੍ਹਾਂ ਚੱਲ ਰਿਹਾ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਚੀਜ਼ਾਂ ਨੂੰ ਆਪਣੇ ਬਾਣਾ ਦੇ ਵਿੱਚੋਂ ਹੌਲੀ-ਹੌਲੀ ਕਰਕੇ ਘਟਾਉਣਾ ਚਾਹੀਦਾ ਤਾਂ ਕਿ ਆਪਾਂ ਕਿਸੇ ਦੇ ਉੱਪਰ ਨਿਰਭਰ ਨਾ ਰਹੀਏ ਹੁਣ ਆਪਾਂ ਸਰਕਾਰ ਤੇ ਨਿਰਭਰ ਹੈ ਜੇ ਉੱਥੋਂ ਡੀਏਪੀ ਆਊਗੀ ਤਾਂ ਹੀ ਆਪਣੀਆਂ ਫਸਲਾਂ ਬੀਜਣੀਆਂ ਹਨਾ ਇਹ ਸਾਰਾ ਸਿਸਟਮ ਹੁੰਦਾ ਤੇ ਤੁਸੀਂ ਵੀ ਦੱਸਿਓ ਤੁਹਾਡੇ ਸੋਸਾਇਟੀਆਂ ਵਿੱਚ ਇਹੀ ਹੋ ਰਿਹਾ ਤੇ ਬਲੈਕ ਵਗੈਰਾ ਤੇ ਵੀ ਐਤਕੀ ਵੀ ਮਿਲੂ ਉਹੀ ਸੀਨ ਹੈ ਕਿਉਂਕਿ ਬਹੁਤ ਹੀ ਲਿਮਟਡ ਜੈ ਸਟਾਕ ਹੁੰਦਾ ਜਿਹੜਾ ਇਹ ਪਹੁੰਚਦਾ ਇਹ ਜਿਹੜਾ ਗਾਂ ਬੰਡ ਬੰਡਈਆ ਹੁੰਦਾ ਹੁਣ ਆਪਾਂ ਇਹਦੇ ਬਾਰੇ ਗੱਲ ਕਰੀਏ ਜਿਹੜੀ ਤਾਂ ਬੋਰੀ ਦੇ ਵਿੱਚ ਆਉਂਦੀ ਹੈ ਠੀਕ ਹੈ ਉਹਦਾ 18% ਤਾਂ ਉਹ ਚ ਨਾਈਟ੍ਰੋਜਨ ਹੁੰਦਾ ਹੈ ਤੇ ਡੀਏਪ ਜਿਹੜੀ ਆ ਹੁੰਦੀ ਹੈ ਫਾਸਫੋਰਸ ਇਹ ਹੁੰਦੀ ਹੈ 46% ਕੁਆਟਲ ਮਗਰ ਡੋਜ਼ ਹੁੰਦੀ ਹੈ ਹੁਣ ਜਿਹੜੀ ਇਹੇ ਡੋਜ਼ ਆਈ ਹੈ ਇਹ ਸਭ ਤੋਂ ਪਹਿਲਾਂ ਤਾਂ ਇਹ ਕਹਿੰਦੇ ਆ ਵੀ 200 ਗ੍ਰਾਮ ਤਾਂ ਭਾਈ ਤੁਸੀਂ ਬੀ ਤੇ ਲਾ ਲਿਓ ਜਿਹੜੀ ਬਾਕੀ ਬਚਿਆ 300 ਗ੍ਰਾਮ ਅੱਧਾ ਲੀਟਰ ਇਹ ਉਹਨੂੰ ਤੁਸੀਂ ਮਤਲਬ ਕਿ ਸਪਰੇਅ ਕਰ ਦਿਓ ਪਹਿਲੇ ਪਾਣੀ ਤੇ ਠੀਕ ਹੈ ਜੀ ਇਹ ਕਹਿ ਕੇ ਦਿੱਤਾ ਜਾ ਰਿਹਾ ਵੀ ਤੁਸੀਂ ਇਹ ਚੀਜ਼ਾਂ ਵਰਤ ਕੇ ਦੇਖੋ ਵੀ ਇਹ ਵਧੀਆ ਨੇ ਇਹਨੂੰ ਟਰਾਂਸਪੋਰਟ ਕਰਨ ਦਾ ਖਰਚਾ ਵੀ ਘੱਟ ਆਉਂਦਾ ਪਰ ਉਹ ਟਰਾਂਸਪੋਰਟ ਦਾ ਜਿਹੜਾ ਖਰਚੇ ਕਰਕੇ ਵੀ ਸੋਨੂੰ ਡੀਪੀ ਯੂਰੀਆ ਮਹਿੰਗੀ ਬਣਦੀ ਹੈ ਵੀ ਉਹ ਤੁਹਾਡਾ ਸਸਤਾ ਹੋ ਜੂਗੀ ਇਹ ਸੋਨੂੰ ਸਸਤਾ ਪੈ ਜੂਗਾ ਠੀਕ ਹੈ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਪਰ ਇਹਦਾ ਪਰਪਸ ਜਿਹੜੀ ਵੀ ਚੀਜ਼ ਲਿਕਵਿਡ ਆਉਂਦੀ ਆ ਉਹਦਾ ਅਲੱਗ ਪਰਪਸ ਹੁੰਦਾ ਠੀਕ ਹੈ ਜੀ ਹੁਣ ਤੁਸੀਂ ਜਿਵੇਂ ਦਾਣੇਦਾਰ ਡੀਪੀ ਪਾਉਨੇ ਹੋ ਠੀਕ ਹੈ ਉਹਨੇ ਹੌਲੀ-ਹੌਲੀ ਹੌਲੀ-ਹੌਲੀ ਅਸਰ ਦੇਣਾ ਮਤਲਬ ਕਿ ਉਹ ਮਹੀਨੇ ਦੋ ਮਹੀਨਿਆਂ ਤੱਕ ਆਪਦਾ ਪੂਰਾ ਅਸਰ ਉਹ ਮਿੱਟੀ ਦੇ ਵਿੱਚ ਰਹੂਗਾ ਦਾਣਾ ਹੌਲੀ-ਹੌਲੀ ਮਤਲਬ ਕਿ ਖੁਰੂਆ ਉਹਦਾ ਲੰਮਾ ਅਸਰ ਰਹਿੰਦਾ ਹੈ ਲਿਕਵਿਡ ਚੀਜ਼ਾਂ ਹੁੰਦੀਆਂ ਨੇ ਤੁਰਤ ਰਿਜ਼ਲਟ ਦੇਣ ਦੇ ਲਈ ਇਹਦਾ ਰਿਜ਼ਲਟ ਤੁਰਤ ਮਿਲਣਾ ਦਾਣੇ ਨੂੰ ਉਹਨਾਂ ਇੱਕੋ ਦਮ ਉਹਨੂੰ ਮਿਲ ਜਾਣਾ ਜਿੰਨਾ ਉਹਨੂੰ ਮਿਲਣਾ ਹੈ ਬਾਅਦ ਦੇ ਵਿੱਚ ਉਹਨੂੰ ਕਿਤੇ ਨਾ ਕਿਤੇ ਜਾ ਕੇ ਕਮੀ ਹੋਊਗੀ ਇਹ ਚੀਜ਼ਾਂ ਮਤਲਬ ਕਿ ਪ੍ਰੋਪਰ ਕੰਮ ਨਹੀਂ ਕਰਦੀਆਂ ਜਿੱਦਾਂ ਹੁਣ ਆਪਾਂ ਸਲਫਰ ਯੂਜ਼ ਕਰਦੇ ਨੇ ਜਿਹੜੀਆਂ ਵੈਰਾਈਟੀਆਂ ਜਿਵੇਂ ਤੇਲ ਨਿਕਲਦਾ ਜਿਵੇਂ ਕਿ ਸਰੋਂ ਵਗੈਰਾ ਉਹ ਵੈਰਾਈਟੀਆਂ 'ਚ ਸਲਫਰ ਪਾਉਂਦੇ ਆ ਜੀ ਉਹਨਾਂ ਦੀ ਮਤਲਬ ਕਿ ਸਮੈਲ ਜ਼ਿਆਦਾ ਆ डीएपी ਤੇ सल्फर ਇਕੱਠੇ ਪਾ ਨਹੀਂ ਸਕਦੇ ਤਾਂ ਕਰਕੇ ਲੋਕ डीएपी दाणेदार ਤੇ सल्फर दाणेदार ਲੈ ਲੈਂਦੇ ਆ ਵੀ ਉਹ ਹੌਲੀ ਹੌਲੀ ਚੱਲ ਥੱਲੇ ਪਈਆਂ ਕੰਮ ਕਰੀ ਜਾਣਗੀਆਂ ਹੁਣ ਜੇ ਆਪਾਂ डीएपी ਤਰਲ ਪਾ ਦਈਏ सल्फर ਨਾਲ ਉਹ ਮਿਕਸ ਨਹੀਂ ਹੁੰਦੀ ਤੇ ਬਾਕੀ ਇਹਨਾਂ ਨੇ ਤਰਲ ਚੀਜ਼ਾਂ ਨੇ ਨਾਲ ਦੀ ਨਾਲ ਰਿਜ਼ਲਟ ਦੇ ਦੇਣਾ ਬਾਕੀ ਯਾਰ ਇਹਨੂੰ ਵਰਤ ਕੇ ਕਿਸਾਨਾਂ ਦੇ ਉੱਪਰ ਹੋਣਾ ਚਾਹੀਦਾ ਪ੍ਰੋਪਰ ਵੀ ਅਸੀਂ ਵਰਤ ਕੇ ਸਾਨੂੰ ਚੰਗਾ ਲੱਗਿਆ ਤਾਂ ਬਈ ਅਸੀਂ ਆਪ ਲੈ ਲਾਂਗੇ ਠੀਕ ਆ ਕਿਸੇ ਚੀਜ਼ ਨੂੰ ਥੋਪਣਾ ਕਿ ਤੁਹਾਨੂੰ ਫੇਰ ਹੀ ਡੀएपी ਮਿਲੂਗੀ ਜੇਕਰ ਤੁਸੀਂ ਮਤਲਬ ਕਿ ਆਹ ਨੈਨੋ ਡੀएपी ਲਾਉਂਗੇ ਇਹਦੇ ਵਿੱਚ ਤੁਸੀਂ ਦੇਖ ਲਓ 8% ਤਾਂ ਨਾਈਟ੍ਰੋਜਨ ਹੈ 16% ਇਹਦੇ ਵਿੱਚ ਡੀਏਪੀ ਯਾਨੀ ਕਿ ਫਾਸਫੋਰਸ ਹੈ ਤੇ ਇਹਦੀ ਜਿਹੜੀ ਵੋਲੀਅਮ ਇਹ ਨਾਪਦੇ ਨੇ ਇਹ ਡਬਲਯੂਬੀ ਯਾਨੀ ਕਿ weight of volume ਦੇ ਵਿੱਚ ਨੂੰ ਨਾਪਿਆ ਜਾਂਦਾ ਕਿ ਯਾਨੀ ਕਿ 1000 ਗ੍ਰਾਮ ਪੂਰੇ ਲੀਟਰ ਮੰਗਰ ਇੰਨੀ ਪਰਸੈਂਟੇਜ ਯਾਨੀ ਕਿ 16% ਹੈ ਤੇ ਜਿਹੜੀ ਕੀ ਆਪਾਂ ਨੂੰ ਗੱਟੇ ਦੇ ਵਿੱਚ ਦੇਖਣ ਨੂੰ ਮਿਲਦੀ ਉਹ 46% ਹੁੰਦੀ ਹੈ ਯਾਨੀ ਕਿ ਬਹੁਤ ਹੀ ਜ਼ਿਆਦਾ ਡਿਫਰੈਂਸ ਹੈ ਬਾਕੀ ਇਹਨੇ ਤੁਰਤ ਰਿਜ਼ਲਟ ਦੇ ਦੇਣਾ ਮੌਕੇ ਦੇ ਉੱਪਰ ਜੇ ਤਾਂ ਜੀ ਆਪਾਂ ਕਣਕ ਜਦੋਂ ਮਤਲਬ ਕਿ ਵੱਡੀ ਹੋ ਜਾਂਦੀ ਹੈ ਮਹੀਨਾ ਦੋ ਮਹੀਨਿਆਂ ਦੀ ਇੱਕ ਦੋ ਪਾਣੀ ਲੱਗ ਜਾਂਦੇ ਉਦੋਂ ਬਾਅਦ ਆਪਾਂ ਆ ਚੀਜ਼ ਵਰਤ ਸਕਦੇ ਹਾਂ ਹਣਾ ਉਦੋਂ ਆ ਚੀਜ਼ਾਂ ਵਰਤਣ ਨੂੰ ਬਣੀਆਂ liquid nitrogen ਉਦੋਂ ਵਰਤਣ ਨੂੰ ਬਣੀਆਂ liquid urea dap ਕੁਝ ਵੀ liquid ਤਰਲ ਚੀਜ਼ਾਂ ਕਰਨੇ ਨੇ ਉਦੋਂ ਬਣੀਆਂ ਨੇ ਪਰ ਉਹਨੂੰ ਪਹਿਲੇ ਬੀਜ ਦੇ ਉੱਪਰ ਲਾ ਕੇ ਆਪਾਂ ਸਿਸਟਮ ਕਰ ਦੇਣਾ ਉਹਨੇ ਤਾਂ ਬਦਲ ਕਿ ਜਦੋਂ ਬੀਜ ਤੇ ਲਾ ਕੇ ਮਿੱਟੀ ਚ ਪਾਏ ਉਹਨੇ ਆਦਾ ਕੰਮ ਸਟਾਰਟ ਕਰ ਦੇਣਾ ਤਾਂ ਕਰਕੇ ਪ੍ਰੋਪਰ ਇਹ ਕੰਮ ਨਹੀਂ ਕਰਦੀਆਂ ਕਿਸਾਨਾਂ ਨੂੰ ਦਿਓ ਐਡੀ ਕੰਪਨੀ ਕਿਸਾਨਾਂ ਨੂੰ ਫ੍ਰੀ ਕਿਉਂ ਨਹੀਂ ਦਿੰਦੀ 5 ਗਟਿਆ ਮੰਗਰ ਇੱਕ ਫ੍ਰੀ ਟੈਸਟ ਕਰਨ ਖਾਤਰ ਵੀ ਦੇ ਸਕਦੇ ਸੀਗੇ ਇਹਨਾਂ ਦਾ 6600 ਰੁਪਏ ਪ੍ਰਿੰਟ ਦਿੱਤਾ ਹੋਇਆ ਅੱਧਾ ਅੱਧਾ ਲੀਟਰ ਸਾਨੂੰ 6600 ਰੁਪਏ ਦਾ ਦੇ ਦਿੱਤਾ ਜਾ ਰਿਹਾ ਤੇ ਇਹ ਬਹੁਤ ਮਾੜੀ ਗਲਤ ਹੈ ਗੱਲ ਹੈ ਤੇ ਇਹਦੇ ਬਾਰੇ ਸਾਰੇ ਕਿਸਾਨਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਕਿ ਇਹ ਬਿਨਾਂ ਇਹ ਤੋਂ ਸਾਨੂੰ ਡੀਏਪੀ ਮਿਲੇ ਤੇ ਜੇ ਤੁਸੀਂ ਟੈਸਟ ਨੂੰ ਦੇਣੀ ਹੈ ਯਾਰ ਫ੍ਰੀ ਦੇ ਦਿਓ ਕੋਈ ਐਡੀ ਕੰਪਨੀ ਕਿੰਨਾ ਕਿਸਾਨਾਂ ਦੇ ਉੱਪਰ ਤੋਂ ਡਾਡਾ ਕਾਰੋਬਾਰ ਸੈੱਟ ਹੋ ਗਿਆ ਤੇ ਤੁਸੀਂ ਕਿਉਂ ਨਹੀਂ ਇੱਕ ਇੱਕ ਕਿਸਾਨ ਨੂੰ ਇਹ 10 ਗਟਿਆ ਮੰਗਰ ਇੱਕ ਦੇ ਦਿਓ ਹੁਣ 5 ਮੰਗਰ ਦੇ ਰਹੇ ਹੋ ਪਰ ਟੈਸਟ ਤਾਂ ਕਰੂੰ ਜੇ ਤੁਹਾਡਾ ਪ੍ਰੋਡਕਟ ਚੰਗਾ ਹੋਇਆ ਤਾਂ ਕਿਸਾਨ ਆਪੇ ਮੰਗ ਕਰਨਗੇ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਮਿਲਦੇ ਆ ਇਸੇ ਤਰ੍ਹਾਂ ਦੀ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ